ਆਰਟਿਸਟਾਂ ਨੂੰ ਬਹੁਤ ਵੱਡੀ ਗੱਲ ਹੈ ਜੀ ਔਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋ ਰਿਹਾ ਵੱਡੀ ਗੱਲ ਮਾਨ ਸਾਹਿਬ ਵੀ ਇਸੇ ਸਟੇਜ ਦੇ ਉੱਤੇ ਗਏ ਅਸੀਂ ਵੀ ਇਸੇ ਸਟੇਜਾਂ ਉੱਤੇ ਭੰਗੜਾ ਪਾਉਂਦੇ ਰਹੇ ਹਾਂ ਐਰੋਸਟੋਨਿਕਸ ਕਰਦੇ ਰਹੇ ਹਾਂ ਡਰਾਮੇ ਕਰਦੇ ਰਹੇ ਹਾਂ ਤਾਂ ਸਾਰੇ ਜਾਣੇ ਜਿਹੜੇ ਕਲਾਕਾਰ ਨੇ ਇੱਥੇ ਇਹ ਪਵਿੱਤਰ ਸਟੇਜ ਹੈ ਜਿਹੜਾ ਜਿਹਨੂੰ ਇੱਥੇ ਤਾੜੀਆਂ ਮਿਲ ਜਾਂਦੀਆਂ ਨੇ ਫਿਰ ਉਹਦੀ ਕੋਈ ਬਾਹ ਨਹੀਂ ਫੜ ਸਕਦੀ ਦੇਖੋ ਜੀ ਇੱਕ ਤਾਂ ਅਸੀਂ ਬੇਨਤੀ ਕਰਾਂਗੇ ਜੀ ਮਾਨ ਸਾਹਿਬ ਦੇ ਕੋਲ ਜਾ ਕੇ ਇੱਕ ਤਾਂ ਸਾਨੂੰ ਟੈਕਸ ਫਰੀ ਹੋਣਾ ਚਾਹੀਦਾ ਇੱਕ ਦੂਸਰੇ ਸਟੇਟਾਂ 'ਚ ਸਾਨੂੰ ਜਾ ਕੇ ਜਿਹੜੀਆਂ ਸਬਸਿਡੀਆਂ ਮਿਲਦੀਆਂ ਨੇ ਉਹ ਸਾਨੂੰ ਐਂ ਵੀ ਇਸੇ ਸਟੇਟ ਤੋਂ ਮਿਲਣ ਸਾਡਾ ਕਿਉਂਕਿ ਜ਼ੁਬਾਨ ਪੰਜਾਬੀ ਅਸੀਂ ਪੰਜਾਬੀ ਜ਼ੁਬਾਨ ਵਾਸਤੇ ਕੰਮ ਕਰ ਰਹੇ ਹਾਂ ਐਂਡ ਦੂਸਰਾ ਹੈਗਾ ਜੀ ਟੈਕਸ ਦਾ ਹੋ ਗਿਆ ਅਤੇ ਇੱਕ ਸਭ ਤੋਂ ਵੱਡੀ ਗੱਲ ਹੈ ਐਂਟੀ ਗੁੰਡਾ ਐਕਟ ਜਿਹੜਾ ਪਾਇਰੇਸੀ ਦੇਂਗੇ ਅਸੀਂ ਉਹ ਸਾਊਥ ਦੇ ਸਿਨੇਮੇ ਵਿੱਚ ਹੈਗਾ ਜੀ ਸਾਨੂੰ ਇੱਥੇ ਉਹ ਲਾਗੂ ਕੀਤਾ ਜਾਵੇ ਤਾਂ ਕਿ ਅਸੀਂ ਪਾਇਰੇਸੀ ਜਿਹੜਾ ਸਾਡਾ ਲੱਕ ਟੁੱਟਿਆ ਹੈ ਜਿਹੜਾ ਪ੍ਰੋਡਿਊਸਰ ਹੈ ਇੱਕ ਉਹ ਸੇਫ ਹੋ ਜਾਵੇ ਸਭ ਹਟਾ ਦੇਣਗੇ ਮਾਨ ਸਾਹਿਬ ਕੋਲ ਬੇਨਤੀ ਕੀਤੀ ਹੈ ਜੀ ਸਾਰਿਆਂ ਨੇ ਉਹ ਦੇਖੋ ਇਹ ਰੂਲ ਐਂਡ ਆਰਡਰ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਆਪਾਂ ਖੁੱਲੀਆਂ ਹਵਾਵਾਂ ਦੇ ਵਿੱਚ ਤਾਂ ਹੀ ਸਾਹ ਲੈ ਸਕਦੇ ਹਾਂ ਆਪਣੇ ਬੱਚੇ ਆਪਾਂ ਸਾਰਿਆਂ ਨੇ ਤਾਂ ਹੀ ਮਹਿਫੂਜ਼ ਮਹਿਸੂਸ ਕਰਾਂਗੇ ਹਨਾ ਤਾਂ ਉਹ ਲੱਗਦਾ ਸੀ ਬੇਨਤੀ ਕੀਤੀ ਔਰ 100% ਮੇਰਾ ਰੂਲ ਐਂਡ ਆਰਡਰ ਫੋਲੋ ਕਰਨਗੇ ਜੀ ਅਭੀ ਫਿਲਮਾਂ ਦੇ ਵਿੱਚ ਪੰਜਾਬੀ ਦੀ ਦੇਖੋ ਜਿਹੜੇ ਪੰਜਾਬ ਦੇ ਲੋਕ ਨੇ ਉਹ ਦੋ ਗੱਲਾਂ ਬਹੁਤ ਚੰਗੀ ਤਰ੍ਹਾਂ ਇੰਜੋਏ ਕਰਦੇ ਨੇ ਇੱਕ ਸੰਗੀਤ ਨੂੰ ਇੱਕ ਕਾਮੇਡੀ ਨੂੰ ਔਰ ਮੈਂ ਸਮਝਦਾ ਅੱਜ ਦੀਆਂ ਫਿਲਮਾਂ ਦੇ ਵਿੱਚ ਸੰਗੀਤ ਔਰ ਕਾਮੇਡੀ ਇਹਨਾਂ ਨੂੰ ਦੋਹਾਂ ਨੂੰ ਅੱਗੇ ਰੱਖ ਕੇ ਫਿਰ ਕੋਈ ਫਿਲਮ ਬਣਾਈ ਜਾਂਦੀ ਹੈ ਹਾਂ ਠੀਕ ਹੈ ਪਰ ਸਾਡੇ ਪੰਜਾਬ ਦੇ ਹਾਲੇ ਹੋਰ ਬੜੇ ਮਸਲੇ ਨੇ ਇਹ ਠੀਕ ਹੈ ਵੀ ਪੰਜਾਬੀ ਇੰਡਸਟਰੀ ਜਿਹੜੀ ਫਿਲਮ ਇੰਡਸਟਰੀ ਹੈ ਉਹਦੇ ਵਾਸਤੇ ਵੀ ਕੁਝ ਕਰਨਾ ਚਾਹੀਦਾ ਅਤੇ ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਸੀ ਐਮ ਸਾਹਿਬ ਦਸਾਂ ਦਿਨਾਂ ਦੇ ਵਿੱਚ ਹੀ ਇੱਥੇ ਆ ਗਏ ਹੋਣ ਵਿਜ਼ਿਟ ਕਰਨ ਆਏ ਅੱਜ ਅਸਲ ਜਿੰਨੇ ਵੀ ਪਹਿਲੋਂ ਸੀ ਐਮ ਬਣੇ ਆ ਉਹ ਐਂਡ ਦੇ ਵਿੱਚ ਆਉਂਦੇ ਆ ਇੱਥੇ ਯੂਨੀਵਰਸਿਟੀ ਸਿਰਫ ਫੇਲ ਹੋਈ ਆ ਇਹਨਾਂ ਲੀਡਰਾਂ ਵੱਡਿਆਂ ਕਰਕੇ ਜਿਵੇਂ ਚੰਨੀ ਸਾਹਿਬ ਨੇ ਇੱਥੇ ਲਾਰਾ ਲਾ ਕੇ ਗਏ ਅਤੇ ਇੱਥੇ ਕੈਪਟਨ ਸਾਹਿਬ ਲਾਰਾ ਲਾ ਕੇ ਗਏ ਜੋ ਇਹਨਾਂ ਨੇ ਡਿਮਾਂਡਾਂ ਕੀਤੀਆਂ ਅੱਜ ਵੀ ਸੀ ਸਾਹਿਬ ਨੇ ਦੱਸਿਆ ਅੱਜ ਮਾਨ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਵਾਇਆ ਵੀ ਇਸ ਯੂਨੀਵਰਸਿਟੀ ਨੂੰ ਉੱਤੇ ਚੁੱਕਣ ਵਾਸਤੇ ਜੋ ਵੀ ਉਹਨਾਂ ਤੋਂ ਉਪਰਾਲੇ ਹੋਣਗੇ ਉਹ ਸਾਰੇ ਕਰਨੇ ਤਾਂ ਹੀ ਕਿਹਾ ਹੁਣ ਜਲਦੀ ਹੋ ਜਾਣਾ ਸਾਡਾ 3 ਮਹੀਨਿਆਂ ਨੂੰ ਫਿਰ ਜਿਹੜਾ ਬਜਟ ਸੈਸ਼ਨ ਹੋਣਾ ਉਹਦੇ ਵਿੱਚ ਯੂਨੀਵਰਸਿਟੀ ਨੂੰ ਪਹਿਲ ਦੇ ਆਧਾਰ 'ਤੇ ਪੈਸੇ ਮਿਲਣਗੇ ਜਿਹੜਾ ਪੰਜਾਬੀ ਦਾ ਉਹਨਾਂ ਨੇ ਦੱਸਿਆ ਵੀ 1975 ਤੋਂ ਬਾਅਦ ਇਹਨਾਂ ਨੂੰ ਕਿਸੇ ਨੇ ਪ੍ਰਮੋਟ ਨਹੀਂ ਕਰਨ ਵਾਸਤੇ ਪੈਸਾ ਨਹੀਂ ਦਿੱਤਾ ਪੰਜਾਬੀ ਨੂੰ ਉਹਦੇ ਵਾਸਤੇ ਵੀ ਪੈਸਾ ਦਿੱਤਾ ਜੀ ਨਹੀਂ ਮੀਡੀਆ ਇਸ ਤਰ੍ਹਾਂ ਵੀ ਅੰਦਰ ਕੁਛ ਗੱਲਾਂ ਇਹੋ ਜਿਹੀ ਹੁੰਦੀਆਂ ਜਿਹੜੀਆਂ ਪਰਸਨਲ ਤੌਰ 'ਤੇ ਕਰਕੇ ਉਹ ਤੋਂ ਬਾਅਦ ਤੁਹਾਡੇ ਕੋਲ ਆਉਣੀਆਂ ਮੀਡੀਆ ਤੋਂ ਬਿਨਾਂ ਤਾਂ ਕੰਮ ਚੱਲਦਾ ਹੀ ਨਹੀਂ ਤੁਸੀਂ ਤਾਂ ਚੌਥਾ ਥੰਮ ਜੇ ਤੁਹਾਡੇ ਤੋਂ ਕੋਈ ਨਹੀਂ ਪੱਸ ਸਕਦਾ ਤੁਸੀਂ ਹਰ ਇੱਕ ਥਾਂ ਜਾ ਕੇ ਉਹਨੂੰ ਫੜ ਸਕਦੇ ਨਹੀਂ ਕਿਤੇ ਨਹੀਂ ਸੀ ਐਮ ਸਾਹਿਬ ਦੂਰੀ ਬਣਾ ਕੇ ਰੱਖਦੇ ਤੁਹਾਨੂੰ ਸਵਾਲ ਤੋਂ ਨਹੀਂ ਪੱਸਦੇ ਆ ਰਹੇ ਕਿਤੇ ਨਹੀਂ ਕਿਸੇ ਸਵਾਲ ਤੋਂ ਅਜੇ ਤਾਂ ਸਰਕਾਰ ਸ਼ੁਰੂ ਹੋਈ ਆ ਸਵਾਲ ਤਾਂ ਹੁੰਦਾ ਵੀ ਜੋ ਸਾਲ ਲੰਘ ਗਿਆ ਹੋਵੇ ਫਿਰ ਤੁਸੀਂ ਸਾਡੇ 'ਤੇ ਟਿੱਪਣੀ ਕਰ ਸਕਦੇ ਹੋ ਅਜੇ ਤਾਂ ਸਰਕਾਰ ਸ਼ੁਰੂ ਹੋਈ ਆ ਇੱਕ ਬੰਦਾ ਦਿਹਾੜੀਦਾਰ ਰੋਜ਼ 50 ਰੁਪਈਏ ਟੈਕਸ ਭਰਦਾ ਇੱਕ ਦਿਹਾੜੀਦਾਰ ਬੰਦਾ ਜਿਹੜੀਆਂ ਇੰਡਸਟਰੀਆਂ ਫੈਕਟਰੀਆਂ ਜਿਹੜੇ ਪੰਪਾਂ ਵਾਲੇ ਆ ਜਿਹੜੇ ਹਜ਼ਾਰ ਰੁਪਇਆ ਰੋਜ਼ ਟੈਕਸ ਭਰਦੇ ਆ 5-5 ਹਜ਼ਾਰ ਰੁਪਇਆ ਕਈਆਂ ਦੇ ਟੈਕਸ ਆ ਇਹ ਬਹੁਤ ਪੈਸਾ ਬਹੁਤ ਕਮਾਈ ਪਰ ਲੀਕਿੰਗ ਸੀ ਪਹਿਲਾਂ ਹੁਣ ਸਾਰੀ ਲੀਕਿੰਗ ਜਿਹੜੀ ਉਹ ਬੰਦ ਹੋ ਜਾਣੀ ਆ ਪੈਸਾ ਤੁਸੀਂ ਸਾਲ 'ਚ ਵਿਖਾਵਾਂਗੇ ਪੰਜਾਬ ਦੇ ਰੰਗ ਤੁਸੀਂ ਵੇਖੋਗੇ ਯੂਨੀਵਰਸਿਟੀਆਂ ਕਾਲਜ ਇੰਡਸਟਰੀਆਂ ਹੋਸਪਿਟਲ ਸਾਰਾ ਕੁਝ ਪ੍ਰੋਪਰ ਹੋਊਗਾ ਇੱਥੇ ਇਹ ਨਹੀਂ ਵੀ ਸਕੀਮਾਂ ਦੇਤੀਆਂ ਤੇ ਉਦੋਂ ਬਾਅਦ ਹਸਪੀਟਲਾਂ ਨੂੰ ਪੈਸੇ ਨਾ ਦਿੱਤੇ ਇਹ ਸਾਰਾ ਕੁਝ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਯੂਟਿਊਬ ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ